ਆਪਣਾ ਟੁੱਟਾ, ਮੁੰਡਾ ਵੀ ਘਰੇ ਬੈਠਾ, ਕਮਾਈ ਵਾਲਾ ਕੋਈ। ਮੈਂ ਤਾਂ ਮੁੰਡਾ ਹੀ ਆ ਤੇ ਕੁੜੀ ਆਈ ਮੋਗੇ, ਉਹ ਸਾਂਭਦੀ ਸਾਨੂੰ ਵਿਚਾਰੀ। ਆਂਦੇ ਨੇ ਬਗਾਨੀ ਗੱਡੀ ਨੇ ਮਾਸ ਨਹੀਂ ਚੁੱਕਣਾ, ਚਮੜਾ ਸੁੱਕ ਗਿਆ। ਰੇਹੜੀ ਚ ਪਈ ਇਸ ਬਜ਼ੁਰਗ ਮਹਿਲਾ ਦਾ ਨਾਮ ਅਨੂਪ ਕੌਰ ਹੈ। ਇਸਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਜੋ ਇਸ ਉਮਰੇ ਚੱਲਣ ਫਿਰਨ ਤੋਂ ਅਸਮਰਥ ਹੈ, ਤੇ ਘਰ 'ਚ ਇਸ ਬਜ਼ੁਰਗ ਮਹਿਲਾ ਨੂੰ ਸਾਂਭਣ ਵਾਲਾ ਕੋਈ ਨਹੀਂ ਹੈ। ਇਸਦਾ ਇੱਕ ਬੇਟਾ ਹੈ, ਉਸਦੀ ਵੀ ਰੀੜ ਦੀ ਹੱਡੀ ਟੁੱਟੀ ਹੈ ਜੋ ਖੁਦ ਮੰਜੇ ਤੇ ਪਿਆ, ਤੇ ਇੱਕ ਬੇਟੇ ਦੀ ਮੌਤ ਹੋ ਚੁੱਕੀ ਹੈ। ਹੁਣ ਇਸ ਬਜ਼ੁਰਗ ਮਹਿਲਾ ਦੀ ਮਦਦ ਲਈ ਇੱਕ ਗੁਰਸਿੱਖ ਨੌਜਵਾਨ ਅੱਗੇ ਆਇਆ ਜੋ ਬਜ਼ੁਰਗ ਮਹਿਲਾ ਨੂੰ ਜਗਾੜੂ ਵਾਹਨ ਤੇ ਲਿਟਾ ਕੇ ਗਲੀ ਗਲੀ ਘੁੰਮ ਰਿਹਾ ਤੇ ਲੋਕਾਂ ਤੋਂ ਮਦਦ ਮੰਗ ਰਿਹਾ ਤਾਂ ਜੋ ਲੋਕ ਇਸ ਬੇਬਸ ਮਾਤਾ ਦੀ ਦਵਾਈ ਬੂਟੀ ਤੇ ਖਾਣੇ ਪੀਣੇ ਦਾ ਪ੍ਰਬੰਧ ਕਰ ਸਕਣ। ਅਤੇ ਜਿਹੜਾ ਨੌਜਵਾਨ ਇਸ ਮਹਿਲਾ ਦੀ ਮਦਦ ਕਰ ਰਿਹਾ ਉਹ ਉਸਦਾ ਗਵਾਂਢੀ ਹੈ। ਉਸਦਾ ਕਹਿਣਾ ਹੈ ਕਿ ਉਹ ਫਾਜ਼ਿਲਕਾ ਦੀ ਆਵਾ ਕਲੋਨੀ ਚ ਰਹਿੰਦਾ ਹੈ। ਬਜ਼ੁਰਗ ਮਹਿਲਾ ਦੀ ਮਦਦ ਕਰਨ ਵਾਲੇ ਨੌਜਵਾਨ ਦਾ ਨਾਮ ਕ੍ਰਿਸ਼ਨਦੀਪ ਸਿੰਘ ਤੂਫਾਨ ਹੈ। ਇਸ ਨੌਜਵਾਨ ਨੇ ਦੱਸਿਆ ਕਿ ਇਹਨਾਂ ਦਾ ਚੂਲਾ ਟੁੱਟਿਆ ਹੋਇਆ, ਡਾਕਟਰਾਂ ਨੇ ਇਹਨਾਂ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਮਾਤਾ ਦੀ ਉਮਰ ਜ਼ਿਆਦਾ ਹੈ, ਜਿਸ ਕਾਰਨ ਉਹਨਾਂ ਦਾ ਦਵਾਈਆਂ ਦੇ ਸਿਰ ਤੇ ਹੁਣ ਇਲਾਜ ਚੱਲ ਰਿਹਾ। ਨੌਜਵਾਨ ਨੇ ਦੱਸਿਆ ਕਿ ਉਹ ਮਾਤਾ ਦੀ ਮਦਦ ਕਰਨ ਲਈ ਉਹਨਾਂ ਦੇ ਨਾਲ ਆਇਆ ਤਾਂ ਜੋ ਉਹ ਲੋਕਾਂ ਦੀ ਮਦਦ ਲੈ ਕੇ ਉਹਨਾਂ ਦੇ ਦਵਾਈਆਂ ਤੇ ਖਾਣ ਪੀਣ ਦਾ ਖਰਚ ਕੱਢ ਸਕੇ। ਨੌਜਵਾਨ ਦਾ ਕਹਿਣਾ ਹੈ ਕਿ ਇਹਨਾਂ ਦੀ ਇੱਕ ਬੇਟੀ ਆ ਕੇ ਹੀ ਇਹਨਾਂ ਨੂੰ ਸੰਭਾਲਦੀ ਹੈ। ਮੁੰਡਾ ਵੀ ਘਰੇ ਬੈਠਾ, ਕਮਾਈ ਵਾਲਾ ਕੋਈ, ਉਹਦੀ ਰੀੜ੍ਹ ਦੀ ਹੱਡੀ ਬਹਿਗੀ, ਉੱਠਿਆ ਨਹੀਂ ਜਾਂਦਾ। ਮੈਂ ਤਾਂ ਉੱਠ ਕੇ ਬਾਹਰ ਰਹਿੰਦੇ ਤਾਂ ਬਹਿ ਜਾਂਦੀ ਹਾਂ, ਉਹ ਨਹੀਂ ਬਹਿ ਸਕਦਾ, ਪਤਾ ਹੀ ਨਹੀਂ ਰੌਲਿਆ ਮੇਰੇ ਦਾ ਜਨਮ ਹੈ। ਹੁਣ ਇਹ ਖਾਤਾ ਮੈਂ ਤਾਂ ਮੁੰਡਾ ਹੀ ਹਾਂ ਅਤੇ ਕੁੜੀ ਆਈ ਮੋਗਿਓ, ਉਹ ਸਾਂਭਦੀ ਸਾਨੂੰ ਵਿਚਾਰੀ। ਕੀ ਸੇਵਾ ਲੈਣ ਆਇਆ ਪੁੱਤਰਾ ਦਵਾਈ? ਰੋਟੀ ਆਉਂਦੇ ਨੇ ਬਗਾਨੀ ਗੱਡੀ ਨੇ ਮਾਸ ਨਹੀਂ ਚੁੱਕਣਾ, ਚਮੜਾ ਸੁੱਕ ਗਿਆ। ਕਿਸੇ ਕੋਲੋਂ ਨਹੀਂ ਅਸੀਂ ਤਾਂ ਕੀਤੀ, ਕਰਦੇ ਤਾਂ ਸਾਰਿਆਂ ਕੋਲੋਂ ਕੋਈ ਦੇਵੇ ਤੂੰ, ਅਜੇ ਹੁਣੇ ਹੀ ਆਏ ਆ ਬੱਚੇ ਮੰਗਦੇ ਆ ਹੋਣੇ, ਹੈਂ 6-7 ਮਹੀਨੇ ਹੋ ਗਏ, ਆ 6-7 ਮਹੀਨੇ ਹੋ ਗਏ। ਮੇਰਾ ਕ੍ਰਿਸ਼ਨਦੀਪ ਸਿੰਘ ਤੂਫਾਨ ਏ ਤੇ ਮੈਂ ਵਿਆਹਗਰੂ ਇਹਨਾਂ ਦੀ ਗਲੀ ਚ ਰਹਿੰਦਾ। ਇਹ ਵਿਚਾਰੇ ਦੋਵੇਂ ਮਾਂ ਪੁੱਤਰ ਇੱਕੋ ਜਿਹੇ ਨੇ ਤੇ ਮੁੰਡਾ ਹੈਗਾ ਸੀ ਇਹਨਾਂ ਦਾ, ਸਬਜ਼ੀ ਵੇਚ ਕੇ ਕਰਦਾ ਸੀ ਗੁਜ਼ਾਰਾ, ਆਈ ਓ ਰੇੜੀ ਕੇ। ਉਹਨੂੰ ਵਿਚਾਰੇ ਨੂੰ ਅਟੈਕ ਹੋਈ, ਉਹ ਸੁੱਤਾ ਪਿਆ ਹੀ ਸੌਂ ਗਿਆ ਏ। ਛੋਟਾ ਮੁੰਡਾ ਹੈਗਾ ਇਹਨਾਂ ਦਾ, ਉਹ ਲੱਤਾਂ ਤੋਂ ਬੈਠਾ ਏ ਤੇ ਆ ਵਿਚਾਰੀ ਮਾਤਾ ਇਹਨਾਂ ਵੀ ਚੂਕਣਾ ਟੁੱਟ ਗਿਆ, ਰੋਂਦੀ ਪਿੰਡ ਦੀ ਡਿੱਗ ਪਈ, ਸਾਂਭੇ ਖੜਾ ਸਾਂਭਣਾ ਲੈ ਨਹੀਂ ਵਿਆਹਗਰੂ ਇਹਨਾਂ ਨੂੰ। ਦੋਵੇਂ ਮਾਂ ਪੁੱਤਰ ਇੱਕੋ ਜਿਹੇ ਨੇ ਤੇ ਇਹਨਾਂ ਦੀ ਕੁੜੀ ਵਿਚਾਰੀ ਆ ਕੇ ਸਾਂਭਦੀ ਇਹਨਾਂ ਨੂੰ, ਕਰਨ ਕਰਾਉਣ ਲੈਣੀ, ਰੋਟੀ ਵੀ ਵਿਚਾਰੇ ਮੁੱਲ ਲੈਂਦੇ ਨੇ ਢਾਬੇ ਤੋਂ, ਦਵਾਈ ਦਾਰੂ ਵੀ ਲੈਂਦੇ ਨੇ। ਅਸੀਂ ਵਿਆਹਗਰੂ ਸਿਫਾਰਸ਼ ਕਰਾਈ ਨਰਿੰਦਰਪਾਲ ਸਿੰਘ ਸਵਣਾ ਜੀ ਦੀ, ਆਪਣੇ ਸਰਕਾਰੀ ਹੋਸਪਿਟਲ, ਵੀ ਇਹਨਾਂ ਦਾ ਇਲਾਜ ਹੋ ਸਕੇ। ਉਹ ਕਹਿੰਦੇ ਵੀ ਉਮਰਾਂ ਜ਼ਿਆਦਾ, 90-95 ਸਾਲ ਹੱਡੀਆਂ ਨੇ ਮਾਂ ਛੱਡਤਾ ਏ ਤੇ ਮਤਲਬ ਬਗਾਨੀ ਹੱਡੀ ਨੇ ਮਾਸ ਨਹੀਂ ਚੱਕਣਾ, ਤੁਸੀਂ ਦਵਾਈਆਂ ਲਿਖੋ 4 ਦਿਨ। ਤੇ ਸੁਭਾਸ਼ ਡਾਕਟਰ ਹੈਗਾ ਆਪਣਾ ਅਬੋਹਰ ਰੋਡ ਤੇ, ਇੱਧਰ ਫਾਜ਼ਿਲਕਾ ਤੋਂ ਜਾਈਏ ਅਬੋਹਰ ਰੋਡ ਨੂੰ, ਉਹਦੇ ਕੋਲ ਇਹਨਾਂ ਦੀ ਦਵਾਈ ਚੱਲਦੀ। ਮਾਤਾ ਦਾ ਨਾਮ ਹੈ ਅਨੂਪ ਕੌਰ, ਮੁੰਡੇ ਦਾ ਨਾਂ ਹੈਗਾ ਗੁਰਦਾਸ ਸਿੰਘ ਤੇ ਆਵੇ ਕਲੋਨੀ ਤੋਂ ਆਏ ਅਸੀਂ, ਪਹਿਲਾਂ ਸੈਣੀਆਂ ਰਹਿੰਦੇ ਸੀ। ਇਹਨਾਂ ਦੇ ਘਰ ਹੀ ਆ ਜਾਣ, ਆਵਾ ਕਲੋਨੀ ਪਹਿਲੀ ਗਲੀ ਨੰਬਰ 1 ਤੇ ਇਹਨਾਂ ਦੇ ਘਰ ਦੇ ਹਾਲਾਤ ਵੇਖ ਲੈਣ, ਉਹ ਹਿਸਾਬ ਨਾਲ ਮਤਲਬ ਇਹਨਾਂ ਦੀ ਮਦਦ ਕਰ ਦੇਣ ਜੇ ਤੁਹਾਨੂੰ ਝੂਠ ਲੱਗੇ ਤਾਂ। ਕਰੂ ਅਸੀਂ ਤਾਂ ਆਨੇ ਵੀ ਵਿਚਾਰੇ ਮਜਬੂਰ ਨੇ, ਦੁਖੀ ਨੇ, ਇਹਨਾਂ ਦੀ ਮਦਦ ਹੋਵੇ ਕੋਈ, ਆਪਾਂ ਤਾਂ ਇਹੋ ਅਰਦਾਸ ਬੇਨਤੀ ਕਰਨੇ ਆ। ਔਰ ਸਾਡਾ ਜੀ ਨਹੀਂ ਕਰਦਾ, ਇਹਨਾਂ ਦੀ ਮਜਬੂਰੀ ਏ ਤੇ ਮੈਂ ਵੀ ਇਹਨਾਂ ਤਰਸ ਕਰਕੇ ਇਹਨਾਂ ਨਾਲ ਆ ਜਾਂਦਾ ਵਿਚਾਰਿਆਂ। ਕੋਈ ਲਿਜਾਣ ਤਾਂ ਸਹੀ ਭਾਜੀ, ਕਹਿੰਦੇ ਇੱਕ ਜਣਾ ਨਵਾਵੇ ਧਵਾਵੇ, ਲੈਟਰਿੰਗ ਬਾਥਰੂਮ ਵੀ ਪਵਾਵੇ ਤੇ ਰੋਟੀ ਵੀ ਖਰਾਵੇ, ਇੱਕ ਜਣਾ ਛੱਡੋ ਨਾਲ।
ਸਾਂਭਣਾ ਲੱਗ ਗਈ ਆਣੀ ਵਿਚਾਰੇ। ਫਿਲਹਾਲ ਇਸ ਮਾਤਾ ਦੀ ਮਦਦ ਇਕੱਲੇ ਇਸ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ, ਪਰ ਹੁਣ ਦੇਖਣਾ ਹੋਵੇਗਾ ਕਿ ਹੁਣ ਕਿਹੜੀ ਸਮਾਜ ਸੇਵੀ ਸੰਸਥਾ ਜਾਂ ਫਿਰ ਪ੍ਰਸ਼ਾਸਨ ਇਸ ਬਜ਼ੁਰਗ ਦੀ ਮਦਦ ਲਈ ਅੱਗੇ ਆਉਂਦਾ ਹੈ। ਫਿਲਹਾਲ ਬਜ਼ੁਰਗ ਮਾਤਾ ਮਦਦ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ।